ਅੱਛਾ, ਕੈਮਰਾ ਫਰੰਟ 'ਤੇ ਚੱਲਾ ਗਿਆ, ਹੁਣ ਕੈਮਰਾ ਨੂੰ ਇਸ ਤਰ੍ਹਾਂ ਕਰ ਲੈਂਦੇ ਹਾਂ। ਬਿਸਮਿਲ੍ਲਾਹ ਰਹਿਮਾਨ ਰਹੀਮ, ਅਸਲਾਮੁ ਅਲੈਕੁਮ ਵਰਹਮਤੁਲਾਹਿ ਵਬਰਕਾਤੁ। ਮੈਂ ਜਨਾਬ ਅਫਜ਼ਲ ਨਸ਼ਾਈ ਆਪਸੇ ਮੁਖਾਤਿਬ ਹੂੰ, ਔਰ ਦੁਨੀਆ ਭਰ ਮੇਂ ਜਿਤਨੇ ਇਸ ਵਕਤ ਹਮੇਂ ਵਿਊ ਕਰਨੇ ਵਾਲੇ ਜਿਤਨੇ ਹਮਾਰੇ ਦੋਸਤ ਹੈ ਮੇਰੀ ਤਰਫ ਸੇ, ਔਰ ਹਮਾਰੇ ਬੜੇ ਪਿਆਰੇ ਦੋਸਤ ਮੋਹਤਰਮ ਮੀਰ ਮੁਖਤਾਰ ਸਾਹਿਬ, ਅਸਲਾਮੁ ਅਲੈਕੁਮ ਆਪਕੀ ਤਰਫ ਸੇ, ਆਪ ਸਭਕੋ ਅਸਲਾਮੁ ਅਲੈਕੁਮ। ਔਰ ਇਸ ਵਕਤ ਵੀਵਰਸ ਹਮ ਹੋਲੈਂਡ ਮੇਂ, ਨੌਰਥ ਹੋਲੈਂਡ ਮੇਂ ਇੱਕ ਬੜਾ ਪਿਆਰਾ ਵਿਊ ਹੈ ਸਮੁੰਦਰ ਕਾ, ਵਹਾਂ ਸੇ ਵਾਪਸੀ ਇੱਕ ਔਰ ਸਪੋਟ ਪੇ ਜਾ ਰਹੇ ਹੈ, ਤੋ ਮੀਰ ਸਾਹਿਬ ਆਜ ਹਮਾਰੇ ਸਾਥ ਹੈ, ਔਰ ਆਜ ਪਹਿਲੀ ਵਾਰ ਇਨਸੇ ਸ਼ਰਫ ਮੁਲਾਕਾਤ ਹੁਆ, ਔਰ ਵਹਾਂ ਪੇ ਆਜ ਹਮਨੇ ਮੇਰੇ ਖਲ ਮੇਂ, ਆਪ ਅਗਰ ਮੀਰ ਸਾਹਿਬ ਕੀ ਮੀਰ ਮੁਖਤਾਰ ਕੀ ਆਈ ਡੀ ਪੇ ਜਾਏ ਹੋਲੈਂਡ ਮੇਂ ਨਾ, ਉਹ ਲਿਖੇਂਗੇ ਤੋ ਆ ਜਾਏਗੀ, ਤੋ ਉਸ ਮੇਂ ਇੱਕ ਨਾਤ ਅਭੀ ਮੈਨੇ ਸਮੁੰਦਰ ਕੇ ਸਾਹਿਲ ਪੇ ਪੜ੍ਹੀ ਹੈ, ਬੜੀ ਦੂਰ ਮਦੀਨਾ ਤੋਰਾ। ਔਰ ਜਿਤਨੇ ਲੋਕ ਇਸ ਵਕਤ ਹਮੇਂ ਦੇਖ ਰਹੇ ਹੈ, ਆ ਚੁੱਕੇ ਹਮਨੇ ਕੋਈ ਪੇਸ਼ਗੀ ਆਪਕੋ ਕਬਲ ਇਸ ਵਕਤ ਯਾਨੀ ਇਨਫੋਰਮ ਨਹੀਂ ਕੀਆ ਕਿ ਹਮ ਲਾਈਵ ਹੋ ਰਹੇ ਹੈ, ਬਸ ਵੈਸੇ ਦਿਲ ਚਾਹ ਕਿ ਆਪਕੇ ਸਾਥ ਹਮ ਲਾਈਵ ਹੋਤੇ ਹੈ, ਔਰ ਮੀਰ ਸਾਹਿਬ ਕੀ ਸੰਗਤ ਮੇਂ ਆਪਸੇ ਕੁਛ ਬਾਤੇਂ ਹੋ ਜਾਏ। ਔਰ ਮੀਰ ਸਾਹਿਬ ਕਾ ਤਾਰੁਫ, ਮੇਰੀ ਪਹਿਲੀ ਮੁਲਾਕਾਤ, ਮੈਨੇ ਇੱਕ ਨਾਤ ਬੜੀ ਦੂਰ ਮਦੀਨਾ ਤੋਰਾ ਬੜੀ ਪਸੰਦ ਫਰਮਾਈ ਇਹਨਾਂ ਔਰ ਹਜ਼ੂਰ ਕੀ ਨਾਤ ਖਾਨੀ ਮੇਰੀ ਇਨਸੇ ਮੁਲਾਕਾਤ ਕੀ ਵਜ੍ਹਾ ਬਣੀ, ਅਕਲ ਇਸਲਾਮ ਕੇ ਨਾਤ ਖਾਨੋ ਕੋ ਇੱਜ਼ਤ ਦੇਤੇ ਹੈ, ਔਰ ਹਜ਼ੂਰ ਕੇ ਜ਼ਿਕਰ ਕੋਈ ਪ੍ਰਮੋਸ਼ਨ ਕੇ ਲੀਏ ਹੋਲੈਂਡ ਮੇਂ ਇੱਕ ਅਰਸੇ ਸੇ ਤਕਰੀਬਨ 20 ਸਾਲ ਸੇ ਮਾਸ਼ਾਅੱਲਾ, ਔਰ ਪਾਕਿਸਤਾਨ ਕੇ ਬੜੇ ਬੜੇ ਜੋ ਸਟਾਰਸ ਨਾਤ ਖਾਨ ਹੈ ਇਨਕੇ ਪਾਸ ਤਸ਼ਰੀਫ ਲਾਤੇ ਹੈ, ਔਰ ਅਕਲ ਇਸਲਾਮ ਕੀ ਇਹ ਮਹਿਫਲੇ ਮੁਨਕਦ ਕਰਵਾਤੇ ਹੈ, ਔਰ ਯਹਾਂ ਪੇ ਜਿਤਨੀ ਤਨਜ਼ੀਮੇ ਹੈ ਇਸਲਾਮੀ ਜੋ ਜੋ ਅਕਲ ਇਸਲਾਮ ਕੇ ਜ਼ਿਕਰ ਕੀ ਮਹਿਫਲੇ ਕਰਵਾਤਾ ਹੈ, ਉਸ ਮੇਂ ਮੀਰ ਸਾਹਿਬ ਪੇਸ਼ ਪੇਸ਼ ਹੋਤੇ ਹੈ, ਔਰ ਆਪਣਾ ਹਰ ਹਵਾਲੇ ਸੇ ਤਾਵੁਨ ਪੇਸ਼ ਕਰਤੇ ਹੈ ਅਕਲ ਇਸਲਾਮ ਕੇ ਜ਼ਿਕਰ ਕੀ ਮਹਿਫਲੋਂ ਕੋ ਸਜਾਨੇ ਕੇ ਹਵਾਲੇ ਸੇ। ਆਜ ਰਾਤ ਕੋ ਵੀ 8 ਵਜੇ ਹੈ, ਔਰ ਆਜ ਮੀਰ ਸਾਹਿਬ ਫਰਮਾ ਰਹੇ ਆਜ ਰਾਤ ਕੋ ਇੱਕ ਪ੍ਰੋਗਰਾਮ ਹੈ ਇਨਸ਼ਾਅੱਲਾ, ਉਸ ਮੇਂ ਮੈਂ ਨਾਤਖਾਨੀ ਕਰੂੰਗਾ ਰਾਤ ਕੋ 8 ਵਜੇ, ਔਰ ਲਾਈਵ ਜਾਏਗਾ ਇਨਸ਼ਾਅੱਲਾ ਮੀਰ ਸਾਹਿਬ ਕੀ ਆਈ ਡੀ ਸੇ। ਔਰ ਖਾਸ ਤੌਰ ਪਰ ਮੀਰ ਸਾਹਿਬ ਕੇ ਸਾਥ ਜੋ ਮੁਲਾਕਾਤ ਮੇਂ ਜੋ ਇੱਕ ਮੇਰੇ ਬੜੇ ਪਿਆਰੇ ਭਾਈ ਦੋਸਤ ਔਰ ਅਕਲ ਇਸਲਾਮ ਕੇ ਬੜੇ ਪਿਆਰੇ ਨਾਤ ਖਾਨ ਅਭੀ ਪਿਛਲੇ ਦਿਨ ਉਹ ਜਵਾਨ ਕਾ ਟੂਰ ਕਰਕੇ ਤਸ਼ਰੀਫ ਲਾਏ, ਮੋਹਤਰਮ ਆਬਿਦ ਹੁਸੈਨ ਚਿਸ਼ਤੀ ਸਾਹਿਬ, ਉਹ ਵਸੀਲਾ ਬਣੇ, ਔਰ ਉਨਕੇ ਵਸੀਲੇ ਸੇ ਮੇਰੀ ਮੀਰ ਸਾਹਿਬ ਸੇ ਮੁਲਾਕਾਤ ਹੋਈ, ਔਰ ਅਭੀ ਤੋ ਹਮੇਂ ਨਹੀਂ ਦੇਖ ਰਹੇ ਲੇਕਿਨ ਚਿਸ਼ਤੀ ਸਾਹਿਬ ਆਬਿਦ ਚਿਸ਼ਤੀ ਸਾਹਿਬ ਹਮੇਂ ਦੇਖੇਂਗੇ ਤੋ ਖੁਸ਼ ਹੋਂਗੇ ਕਿ ਆਬਿਦ ਚਿਸ਼ਤੀ ਸਾਹਿਬ ਕੇ ਭਾਈ ਅਫਜ਼ਲ ਨਸ਼ਾਈ ਇਸ ਵਕਤ ਮੀਰ ਮੁਖਤਾਰ ਸਾਹਿਬ ਕੇ ਸਾਥ ਗਾੜੀ ਮੇਂ ਬੈਠੇ ਹੋਏ ਹੈ, ਔਰ ਹਮ ਐਕਸਪੋਰਟ ਪੇ ਜਾ ਰਹੇ ਹੈ। ਤੋ ਚਿਸ਼ਤੀ ਸਾਹਿਬ ਮਾਸ਼ਾਅੱਲਾ ਜੀ ਬੜੇ ਬੜੇ ਸ਼ੌਕ ਵਾਲੇ ਬੰਦੇ ਨੇ, ਬਿਲਕੁਲ ਜੀ, ਅਤੇ ਮਾਸ਼ਾਅੱਲਾ ਖੁੱਲ੍ਹ ਕੇ ਆਪਣੇ ਇਖਲਾਸ ਦਾ ਇਜ਼ਹਾਰ ਕਰਦੇ ਨੇ, ਖੁੱਲ੍ਹੇ ਬੰਦੇ ਨੇ, ਬਿਲਕੁਲ ਜੀ। ਔਰ ਮੇਰਾ ਜਨਾਬ ਕੋਈ 25-30 ਸਾਲ ਤੋਂ ਤਾਲੁਕ ਹੈ ਚਿਸ਼ਤੀ ਸਾਹਿਬ ਨਾਲ, ਔਰ ਮਾਸ਼ਾਅੱਲਾ ਉਹਨਾਂ ਦਾ ਤਾਰਫ ਵੀ ਅਕਲ ਇਸਲਾਮ ਦੇ ਜ਼ਿਕਰ ਦੇ ਹਵਾਲੇ ਦੇ ਨਾਲ। ਤੋ ਦੇਖੇ ਜੀ ਆਜ ਇਹ ਚਲੇ ਰਿਕਾਰਡ ਹੋ ਜਾਏਗੀ ਬਾਤ, ਆਜ ਤੱਕ ਅੱਜ ਹੈ ਮੇਰੇ ਖਿਆਲ 22 ਅਗਸਤ ਹੈ, ਆਜ 22 ਅਗਸਤ 2019, ਔਰ ਹੋਲੈਂਡ ਕੀ ਇਹ ਬੜੀ ਪਿਆਰੀ ਰੋਡਸ ਹੈ ਜਿਸ ਪਰ ਹਮ ਜਾ ਰਹੇ ਹੈ, ਔਰ ਅਭੀ ਥੋੜ੍ਹੀ ਦੇਰ ਮੇਂ ਕੋਈ 2-2.5 ਘੰਟੇ ਕੇ ਬਾਅਦ ਇੱਕ ਮਹਿਫਲ ਨਾਥ ਮੈਂ ਸ਼ਿਰਕਤ ਕਰੇਂਗੇ ਇਨਸ਼ਾਅੱਲਾ। ਤੋ ਮੈਨੇ ਕਿਹਾ ਚਲੇ ਆਪਕੋ ਇਨਫੋਰਮ ਵੀ ਕਰੂੰ, ਔਰ ਮੈਂ ਇਨਸ਼ਾਅੱਲਾ ਅਗਲੇ ਦਿਨੋਂ ਮੈਂ ਜਰਮਨੀ, ਫਿਰ ਨਾਰਵੇ, ਫਿਰ ਸਵੀਡਨ, ਫਿਰ ਡੈਨਮਾਰਕ, ਔਰ ਇਨਸ਼ਾਅੱਲਾ 1 ਸਪਟੰਬਰ 2019 ਤੱਕ ਮੇਰਾ ਇਹ ਟੂਰ ਹੈ, ਔਰ ਫਿਰ ਵਹਾਂ ਸੇ ਇਨਸ਼ਾਅੱਲਾ ਤਾਲਾ ਮੈਂ ਫਿਰ ਪਾਕਿਸਤਾਨ ਰਵਾਨਾ ਹੋ ਜਾਊਂਗਾ, ਔਰ ਮੁਝੇ ਆਪਣੀ ਦੁਆ ਮੇਂ ਸ਼ਾਮਿਲ ਰੱਖੇ, ਔਰ ਮੇਰੀ ਜੋ ਫੇਸਬੁੱਕ ਹੈ ਇਸ ਪਰ ਆਪ ਫੋਲੋ ਕਰਤੇ ਰਹੇ, ਆਪਕੋ ਸਾਰੀ ਨਾਥਖਾਨੀ ਕੇ ਹਵਾਲੇ ਸੇ ਅਪਡੇਟ ਵੀ ਮਿਲੇਗੀ, ਔਰ ਮੀਰ ਸਾਹਿਬ ਮੋਹਤਰਮ ਵੀ ਆਪਣੀ ਆਈ ਡੀ ਸੇ ਇਨਸ਼ਾਅੱਲਾ ਤਾਲਾ ਆਜ ਕੀ ਮਹਿਫਲ ਨਾਥ ਕੋ ਕਵਰ ਵੀ ਕਰੇਂਗੇ। ਚਲੇ ਜੀ, ਅੱਲਾਹ ਤਾਲਾ ਆਪਕੀ ਜ਼ਿੰਦਗੀਓਂ ਮੇਂ ਅਕਲ ਇਸਲਾਮ ਕਾ ਕਰਮ ਔਰ ਹਜ਼ੂਰ ਕੀ ਰਹਿਮਤ ਸ਼ਾਮਿਲ ਹਾਲ ਰੱਖੇ, ਬਹੁਤ ਸ਼ੁਕਰੀਆ। ਠੀਕ ਹੈ, ਮੇਰੀ ਤਰਫ ਸੇ ਔਰ ਮੀਰ ਸਾਹਿਬ ਕੀ ਤਰਫ ਸੇ ਵੀ ਅਸਲਾਮੁ ਅਲੈਕੁਮ, ਅੱਲਾ ਹਾਫਿਜ਼।